ਦਿਲਬਾਗ ਜੀ, ਅੱਜ ਫਿਰ ਇੱਕ ਵਾਰੀ ਇਸ ਟੋਲ ਨੂੰ ਬੰਦ ਕਰਵਾਉਣ ਦਾ ਐਲਾਨ ਕੀਤਾ ਗਿਆ, ਕਿਉਂ? ਦੇਖੋ ਜੀ, ਕਿਉਂ ਇਹ ਟੋਲ ਬਣਿਆ? ਦਿਨ ਪਰ ਦਿਨ ਇਹਦੇ ਰੇਟ ਵੱਧ ਰਹੇ। ਅੱਜ ਜਿਹੜਾ ਰੇਟ 150 ਤੋਂ ਵੱਧਦਾ ਵੱਧਦਾ ਅੱਜ 430 ਰੁਪਈਏ 'ਤੇ ਚਲੇ ਗਿਆ। ਔਰ ਜਿਹੜਾ ਪਾਸ ਕਦੀ 150 ਰੁਪਈਏ ਦਾ ਬਣਦਾ ਸੀ, ਉਹ ਅੱਜ 350 ਰੁਪਏ ਦਾ ਪਾਸ ਬਣ ਰਿਹਾ, ਜਿਹੜਾ 20 ਕਿਲੋਮੀਟਰ ਦੇ ਅੰਦਰ ਬਣਨਾ। ਵੈਸੇ 20 ਕਿਲੋਮੀਟਰ ਦੇ ਅੰਦਰ ਬਿਲਕੁਲ ਗੱਡੀ ਫ੍ਰੀ ਲੰਘਦੀ ਆ ਆਧਾਰ ਕਾਰਡ ਦੇ ਉੱਪਰ, ਪਰ ਇਹ ਉਹਦਾ ਵੀ 350 ਲੈਂਦੇ ਸੀ, ਕੋਈ ਨਹੀਂ ਬੋਲਦਾ ਸੀ। ਅੱਜ ਇਹਦਾ ਰੇਟ ਇੰਨਾ ਵੱਧ ਗਿਆ ਕਿ ਬਲੌਰ ਤੱਕ ਅਗਰ ਜਾਣਾ ਨਾ ਅਸੀਂ, ਤਾਂ ਬਲੌਰ ਤੱਕ ਸਾਨੂੰ ਜਾਣ ਲਈ 100 ਰੁਪਏ ਦਾ ਤੇਲ ਲੱਗਣਾ, 430 ਦਾ ਟੂਲ ਲੱਗਣਾ। ਇਹ ਕਿ ਇਸ ਕਰਕੇ ਅੱਜ ਜਿੰਨੀ ਵੀ ਇਹ ਪਬਲਿਕ ਦੇ ਮੁੱਖ ਰੱਖ ਕੇ, ਪਬਲਿਕ ਨੂੰ ਕਿ ਉਹ ਪਬਲਿਕ ਨੂੰ ਤੰਗੀਆਂ ਆ ਰਹੀਆਂ ਸੀ, ਉਹਨੂੰ ਮੁੱਖ ਰੱਖ ਕੇ ਅੱਜ ਨੂੰ ਟੋਲ ਨੂੰ ਕਿਸ ਤਰੀਕੇ ਨਾਲ ਅੱਜ ਫ੍ਰੀ ਕਰਵਾਇਆ ਜਾਊਗਾ ਜਾਂ ਬੰਦ ਕਰਵਾਇਆ ਜਾਊਗਾ? ਕਿਉਂਕਿ ਲੋਕ ਇਸ ਚੀਜ਼ ਨੂੰ ਬੜੇ ਸੁਣ ਕੇ ਇਸ ਲਈ ਪਰੇਸ਼ਾਨ ਨੇ ਕਿ ਟੋਲ ਬੰਦ ਤਾਂ ਨਹੀਂ ਕਿਤੇ ਕਰਵਾਇਆ ਜਾਊਗਾ, ਕਿਉਂਕਿ ਲੋਕ ਇਸ ਦੇ ਵਿੱਚ ਪਰੇਸ਼ਾਨੀ ਦਾ ਆਲਮ ਝੇਲਦੇ ਨੇ। ਗੱਲ ਇਹ ਆ, ਵੈਸੇ 2 ਸਾਲ ਹੋ ਗਏ ਇਹਦੀ ਬੁਨਿਆਦ ਖਤਮ ਹੋ ਗਈ, ਇਹਦੀ ਬੁਨਿਆਦ ਖਤਮ ਹੋ ਗਈ ਹੈ। ਇਹ ਕੰਪਨੀਆਂ ਅਤੇ ਸਰਕਾਰ NHA ਮਿਲੀ ਭੁਗਤ ਨਾਲ ਇਹਦੀ ਬੁਨਿਆਦ ਸਟੈਂਡ ਕਰਦੇ ਆ, ਪਰ ਅਸੀਂ ਤਾਂ ਕਹਿੰਦੇ ਹਾਂ ਵੀ ਯਾਰ ਰੇਟ ਘੱਟ ਕਰ ਦਿਓ, ਰੇਟ ਤਾਂ ਘੱਟ ਕਰੋ ਨਾ, ਜੇ ਬੰਦ ਨਹੀਂ ਕਰਨਾ ਘੱਟੋ ਘੱਟ ਰੇਟ 150 ਰੁਪਈਆ ਕਰ ਦਿਓ, ਜਿਵੇਂ ਪਹਿਲਾਂ ਚੱਲਦਾ ਵੀ 150 ਦੀ ਪਰਚੀ ਕੱਟੀ 24 ਘੰਟੇ ਦੀ, ਚਾਹੇ 24 ਘੰਟੇ 'ਚ ਬੰਦਾ 3 ਵਾਰੀ ਲੰਘ ਜਾਵੇ 4 ਵਾਰੀ ਲੰਘ ਜਾਵੇ। ਹੁਣ 430 'ਚ ਤੁਸੀਂ ਇੱਕ ਸਾਈਡ ਲੰਘਣ ਦਿੰਦੇ ਜੋ, ਦੂਜੀ ਸਾਈਡ ਫੇਰ ਆਉਣਾ 430 ਫੇਰ ਦੇ ਦਿਓ, ਇਹ ਤਾਂ ਜਾਇਜ਼ ਨਹੀਂ ਨਾ ਹੈਗਾ। ਦੂਜੀ ਗੱਲ, 3 ਵਾਰੀ ਇਹ ਟੋਲ ਵੱਧ ਗਿਆ ਇਸ ਸਾਲ ਦੇ ਵਿੱਚ, ਹਜੇ 6ਵਾਂ ਮਹੀਨਾ ਚੱਲਿਆ, 3 ਵਾਰੀ ਟੋਲ ਦੇ ਰੇਟ ਵਧਾ ਦਿੱਤੇ ਆ। ਸਾਨੂੰ ਸਰਕਾਰ ਜਵਾਬ ਦੇਵੇ ਵੀ ਕਿਹੜਾ ਬਜਟ ਆ ਜਿਹੜਾ ਇਕੱਲੇ ਟੋਲ 'ਤੇ ਪੈ ਰਿਹਾ, ਵੀ ਇੰਨਾ ਤਕੜਾ ਬਜਟ ਜਿਹੜਾ ਟੋਲ 'ਤੇ ਪੈਂਦਾ, ਜਾਂ ਸਾਨੂੰ ਕਿਹੜੀ ਮੇਨ ਸਹੂਲਤ ਦੇ ਰਹੇ ਆ ਇਸ ਰੋਡ ਤੋਂ ਨਿਕਲਣ ਲਈ, ਵੀ ਆਹ ਤੁਹਾਡੇ ਲਈ ਮੇਨ ਸਹੂਲਤ ਆ, ਜਿਹੜਾ ਕਰਕੇ ਅਸੀਂ ਟੋਲ ਰੋਡ 'ਚ ਖੱਡੇ ਪਏ ਨੇ, ਲਾਈਟਾਂ ਬੰਦ ਨੇ, ਡਰੋਨ ਸਿਸਟਮ ਇਹਨਾਂ ਦਾ ਨਹੀਂ ਚੱਲਦਾ, ਟੋਇਲਟ ਇਹਨਾਂ ਦੀ ਨਹੀਂ ਹੈਗੀ, ਕੋਈ ਪੀਣ ਦਾ ਪਾਣੀ ਸੁਵਿਧਾ ਇਹਨਾਂ ਕੋਲ ਨਹੀਂ ਹੈਗੀ, ਕੋਈ ਟੋਲ ਕਰਨ ਨੂੰ ਗੱਡੀਆਂ ਇਹਨਾਂ ਕੋਲੇ ਕੋਈ ਸੁਵਿਧਾ ਨਹੀਂ, ਦੱਸੋ ਇਹ ਕਾਹਦੇ ਪੈਸੇ ਲੈ ਰਹੇ ਨੇ ਸਾਨੂੰ, ਇਸ ਕਰਕੇ ਬੰਦ ਕਰ ਰਹੇ। ਇਸ ਚੀਜ਼ ਨੂੰ ਹੁਣ ਅੱਗੇ ਕਿਸ ਤਰੀਕੇ ਦੇਖਿਆ ਹੋਊਗਾ ਟੋਲ, ਕਿ ਅੱਜ ਤੋਂ ਇਹ ਫ੍ਰੀ ਕੀਤਾ ਜਾਊਗਾ ਜਾਂ ਬੰਦ ਕੀਤਾ ਜਾਊਗਾ? ਅੱਜ ਤੋਂ ਫ੍ਰੀ ਕੀਤਾ ਜਾਊਗਾ ਉਹਨੇ ਸਮੇਂ ਲਈ, ਜਦ ਤਾਈਂ ਕੋਈ ਆਣ ਕੇ ਗੱਲ ਕਰਕੇ ਇਹਦਾ ਰੇਟ ਨਹੀਂ ਘੱਟ ਕਰਦਾ, ਅਸੀਂ ਉਹਨਾਂ ਸਮਾਂ 'ਤੇ ਬੈਠਾਂਗੇ। ਅਤੇ ਕਿੰਨੇ ਕੁ ਜਥੇਬੰਦੀਆਂ ਵੱਲੋਂ ਤੁਹਾਨੂੰ ਸਮਰਥਨ ਮਿਲ ਚੁੱਕਾ ਵਾ? ਸਾਡੀਆਂ 2 ਜਥੇਬੰਦੀਆਂ ਨੇ, ਕਿਸਾਨ ਜਥੇਬੰਦੀਆਂ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਅਤੇ BKU ਦੁਆਬਾ, ਇਹ 2 ਜਥੇਬੰਦੀਆਂ ਵੱਲੋਂ, ਅਤੇ ਸਾਡੇ ਨਾਲ ਟੈਕਸੀ ਯੂਨੀਅਨਾਂ ਜਿਹੜੀਆਂ ਲੁਧਿਆਣੇ ਦੀਆਂ, ਫਗਵਾੜੇ ਤੋਂ, ਹੋਰ ਅੱਗੇ ਤੋਂ, ਪੂਰੇ ਪੰਜਾਬ ਤੋਂ ਸਮਰਥਨ ਕਰਤਾ ਉਹਨਾਂ ਨੇ। ਸਾਡੇ ਨਾਲ ਟਰੱਕ ਯੂਨੀਅਨਾਂ ਨੇ ਸਮਰਥਨ ਕੀਤਾ, ਟਿੱਪਰ ਯੂਨੀਅਨਾਂ ਨੇ ਸਮਰਥਨ ਕੀਤਾ, ਬੱਸਾਂ ਵਾਲਿਆਂ ਨਾਲ ਵੀ ਸਮਰਥਨ ਹੈਗਾ, ਪਰ ਕਈ ਯੂਨੀਅਨਾਂ ਜਿਹੜੀਆਂ ਹੋਰ ਵੀ ਜੱਟਾਂ ਲੋਕਲ ਜਥੇਬੰਦੀਆਂ ਨੇ ਜਿਹੜੀਆਂ, ਉਹ ਵੀ ਇਹਦਾ ਸਮਰਥਨ ਕਰ ਰਹੀਆਂ। ਕਦ ਤੋਂ ਇਹ ਟੋਲ ਫ੍ਰੀ ਹੋ ਜੂਗਾ? ਅੱਜ ਇਹ ਆ 11:30 ਅਸੀਂ ਫ੍ਰੀ ਕਰ ਦੇਣਾ, ਦੇਖੋ ਸੰਗਤ ਇਕੱਠੀ ਹੋ ਰਹੀ ਹੈ, ਜਦੋਂ ਘੱਟ ਹੋ ਗਿਆ ਪੂਰਾ ਹੀ ਚੱਲ ਪਾ। ਠੀਕ ਹੈ, ਜੇਕਰ ਤੁਹਾਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਪ੍ਰਸ਼ਾਸਨ ਪੱਖੋਂ, ਤੁਹਾਨੂੰ ਆਸ਼ਵਾਸਨ ਦਿੱਤਾ ਗਿਆ ਤਾਂ ਕਿਸ ਤਰੀਕੇ ਨਾਲ ਰੋਕੋ? ਨਹੀਂ, ਆਸ਼ਵਾਸਨ ਨਹੀਂ, ਟੋਲ ਦੇ ਰੇਟ ਘੱਟ, ਆਸ਼ਵਾਸਨ ਦੇ ਤਾਂ ਅਸੀਂ ਉੱਠਣਾ ਹੀ ਨਹੀਂ ਗਾ, ਉੱਥੇ ਬੈਠੇ ਹਾਂ, ਟੋਲ ਦੇ ਰੇਟ ਘੱਟ ਕਰ ਦੇਣ ਉੱਠ ਪਾਂਗੇ, ਭਾਵੇਂ 2-3-4 ਦਿਨ ਠਹਿਰ ਕੇ ਕਰ ਦੇਣ, ਤਾਂ ਵੀ ਉਨੇ ਦਿਨ ਬੈਠੇ ਹਾਂ, ਆਸ਼ਵਾਸਨ 'ਤੇ ਨਹੀਂ ਕੋਈ ਕੰਮ ਕਰਦਾ, ਕਿਉਂਕਿ ਨਾ ਸਾਨੂੰ ਸਰਕਾਰ 'ਤੇ ਵਿਸ਼ਵਾਸ ਆ ਅਤੇ ਨਾ ਹੀ ਇਹਨਾਂ ਸਰਕਾਰਾਂ 'ਤੇ ਵਿਸ਼ਵਾਸ ਕਰਦੇ ਹਾਂ।